ਦੁਰਾਨੀਆਂ ਦਾ ਗਿਰਜਿਆਂ ਦਾ ਇੱਕ ਹਲਕਾਰਾ ਚਿੱਠੀ ਲੈ ਕੇ ਆ ਖਲੋਤਾ। ਖਾਲਸਾ ਜੀ, ਏਦਾਂ ਦੀ ਗੱਲ ਬਣਨੀ ਜੇ ਤੁਹਾਡੇ ਚ ਕੋਈ ਮਰਦ ਹੈ ਨਾ ਮਰਦ ਤੇ ਫੇਰ ਆ ਜਾਓ, ਏਦਾਂ ਟਾਲੇ ਟੋਲੇ ਨਾ ਕਰੋ, ਅਸੀਂ ਲੜਨ ਆਏ ਹਾਂ ਤੁਹਾਡੇ ਨਾਲ। ਜੇ ਤੁਮੇ ਕੋਈ ਮਰਦ ਹੈ ਤੇ ਸਿੰਘਾਂ ਚ ਕੋਈ ਸਿੱਖਾਂ ਚ ਹੈ ਮਰਦਾਂ ਪੁਣਾ ਤੇ ਫਿਰ ਆ ਕੇ ਇਕੱਲਾ ਬੰਦਾ ਸਾਡੇ ਇਕੱਲੇ ਨਾਲ ਲੜ ਲਓ। ਇੱਥੋਂ ਤੱਕ ਕਹਿਤਾ ਵੀ ਤੁਹਾਡਾ ਪੰਥ ਵੀ ਤ੍ਰਿਕ ਹੈ, ਖਾਲਸੇ ਪੰਥ ਨੂੰ ਵੀ ਲਾਂਘ ਦਿੱਤਾ ਤੇ ਸਿੰਘ ਨਾਮ ਨੂੰ ਵੀ। ਇਹਨਾਂ ਬਚਨ ਉਹਨਾਂ ਨੇ ਜਦੋਂ ਕੌੜਾ ਕਿਹਾ, ਅੱਖਾ ਸਿੰਘ ਬਰੇਤੀ ਦਰਿਆ ਦੇ ਚ ਰੇਤਾ ਸੀ, ਉਹਦੇ ਸੁੱਕੇ ਰੇਤੇ ਚ ਆ ਗਿਆ ਤੇ ਉਹਨੇ ਪਠਾਣ ਨੂੰ ਲਲਕਾਰਾ ਮਾਰਿਆ। ਪਠਾਣ ਦੇ ਬੱਚੇ ਜੇ ਪਠਾਣੀ ਦਾ ਦੁੱਧ ਪੀਤਾ ਤੇ ਆ ਮੈਦਾਨ ਦੇ ਵਿੱਚ, ਹੁਣ ਪਤਾ ਲੱਗੇਗਾ ਹੁਣ ਤੇਰਾ ਮੁੜਨਾ ਨਹੀਂ, ਮਾਂ ਦੇ ਕੋਲ ਨੀ ਤੂੰ ਜਾ ਸਕਦਾ ਮੁੜ ਕੇ। ਹੁਣ ਇਸ ਤਰ੍ਹਾਂ ਕਹਿ ਕੇ ਸਿੰਘ ਮੈਦਾਨੀ ਬਰੇਤੇ ਚ ਖਲੋ ਗਿਆ ਘੋੜੇ ਤੇ। ਇੱਕ 7.5 ਫੁੱਟ ਉੱਚਾ ਪਠਾਣ ਜਿਹੜਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ, ਬੜਾ ਜਵਾਨ, ਉਹ ਘੋੜੇ ਸਮੇਤ ਮੈਦਾਨੇ ਜੰਗ ਚ ਆ ਗਿਆ। ਉਹਨਾਂ ਦੇ ਹੱਥਾਂ ਚ ਬੜੀਆਂ ਕੀਮਤੀ ਤਲਵਾਰਾਂ ਫੁਲਾਦੀ, ਕਹਿੰਦੇ ਤੂੰ ਵਾਰ ਕਰ, ਉਹ ਕਹਿੰਦਾ ਤੂੰ ਕਰ, ਏਦਾਂ ਇੱਕ ਦੂਜੀ ਨੂੰ ਲਲਕਾਰਦੇ ਨੇ। ਦੋਵੇਂ ਅੜਨ ਲੱਗੇ ਪੈਂਚੜੇ ਲੈ ਕੇ। ਬਾਬਾ ਸੁੱਖਾ ਸਿੰਘ ਬੋਲਿਆ, ਪਠਾਨ ਬੱਚੇ ਸੰਭਲ ਤਗੜਾ ਹੋ, ਤੈਨੂੰ ਕੋਈ ਡਰ ਹੈ ਮੇਰੇ ਤੋਂ ਤੇ ਇੱਕ ਹੋਰ ਲੈ ਆ ਆਪਣੇ ਨਾਲ। ਪਠਾਨ ਕਹਿੰਦਾ ਮੈਂ ਕੱਲਾ ਹੀ ਸ਼ੇਰ ਹਾਂ, ਤੂੰ ਕੋਈ ਆਪਣੇ ਨਾਲ ਬੁਲਾਣਾ ਤਾਂ ਬੁਲਾ ਲੈ। ਦੋਵਾਂ ਨੇ ਆਹਮਣੇ ਸਾਹਮਣੇ ਘੋੜੇ ਕਰ ਦਿੱਤੇ, ਘੋੜੇ ਵੀ ਬੜੇ ਜੰਗੀ ਸਨ ਦੋਵਾਂ ਦੇ। ਬਸ ਸੁੱਖਾ ਸਿੰਘ ਕਹਿੰਦੇ ਵਾਰ ਪਹਿਲਾਂ ਕਰ ਲੈ ਤੂੰ, ਦੂਜੀ ਨੂੰ ਕਹਿੰਦਾ ਤੂੰ ਕਰ ਲੈ, ਜਿਵੇਂ ਦੋ ਭਰਾ ਹੋਣ ਵਾਪਸ ਪਿਆਰ ਦੀਆਂ ਗੱਲਾਂ ਕਰਦੇ। ਸੂਰਮਿਆਂ ਦੀਆਂ ਖੇਡਾਂ ਹੁੰਦੀਆਂ, ਸੂਰਮਿਆਂ ਦਾ ਪਿਆਰ ਇਹੀ ਹੁੰਦਾ ਮੈਦਾਨੇ ਜੰਗ ਚ ਪਤਾ ਲੱਗਦਾ। ਦੋਵਾਂ ਨੇ ਸਾਹਮਣੇ ਆ ਕੇ ਵਾਰ ਕੀਤੇ ਤੇਗਾਂ ਦੇ, ਦੋਵੇਂ ਫੁਰਤੀਲੇ ਢਾਲਾਂ ਦੇ ਰੋਕ ਗਏ ਇੱਕ ਦੂਜੀ ਦਾ ਵਾਰ। ਇੱਕ ਦੂਜੀ ਦੇ ਵਾਰ ਕਰਦੇ ਢਾਲਾਂ ਟੁੱਟ ਕੇ ਟੋਟੇ ਟੋਟੇ ਹੋ ਗਈਆਂ, ਢਾਲਾਂ ਟੁੱਟ ਗਈਆਂ ਤੇ ਫਿਰ ਸੰਜੋਹਾਂ ਦੇ ਉੱਤੇ ਵਾਰ ਵੱਜਣ ਲੱਗ ਪਏ। ਪਿੰਡੇ ਦੇ ਦੋਵਾਂ ਨੇ ਸੰਜੋਹਾਂ ਪਾਣੀ ਪਾਈਆਂ ਹੋਈਆਂ ਸਨ, ਕਹਿੰਦੇ ਤਲਵਾਰਾਂ ਦੇ ਨਾਲ ਸੰਜੋਹਾਂ ਦੇ ਵੀ ਕੜੀਆਂ ਟੁੱਟ ਗਈਆਂ, ਵੱਢੀਆਂ ਗਈਆਂ। ਫਿਰ ਦੋਵੇਂ ਘੋੜੇ ਨੇੜੇ ਆ ਗਏ ਤੇ ਇੱਕ ਦੂਜੀ ਨਾਲ ਜਖਮ ਜਫੀ ਹੋ ਗਏ ਤੇ ਘੋੜੇ ਤੋਂ ਦੋਵੇਂ ਹੀ ਥੱਲੇ ਡਿੱਗ ਪਏ, ਸੁੱਖਾ ਸਿੰਘ ਵੀ ਤੇ ਪਠਾਨ ਵੀ। ਉਹ ਹੱਥੀ ਹੋ ਗਈ ਮੁਕਾਬਲਾ, ਜਿਵੇਂ ਪਹਿਲਵਾਨ ਘੁਲਦੇ ਨੇ ਆਪਸ ਵਿੱਚ, ਘੋੜਿਆਂ ਚ ਵੀ ਤਾਕਤ ਨਾ ਰਹੀ ਤੇ ਜਵਾਨਾਂ ਦਾ ਵੀ ਜ਼ੋਰ ਲੱਗ ਗਿਆ। ਘੋੜਿਆਂ ਨਾਲ ਘੋੜੇ ਲੜ ਲੈ ਕਰਦੇ ਸੀ, ਇਹ ਵੀ ਜੰਗ ਦੀ ਦਾਅ ਹੁੰਦਾ ਸੀ, ਘੋੜਿਆਂ ਨੂੰ ਸਿਖਾਇਆ ਹੁੰਦਾ ਸੀ। ਜਫਮ ਜਫੀ ਹੋ ਕੇ ਜ਼ਮੀਨ ਤੇ ਡਿੱਗ ਪਏ ਤੇ ਦੋਵਾਂ ਨੂੰ ਇੰਨੇ ਸੱਟਾਂ ਲੱਗ ਗਈਆਂ, ਇੰਨੇ ਫੱਟ ਲੱਗ ਗਏ ਵੀ ਮੂਰਛਿਤ ਚ ਬੇਹੋਸ਼ ਹੋ ਕੇ ਡਿੱਗ ਪਏ ਦੋਵੇਂ। ਬਾਬਾ ਸੁੱਖਾ ਸਿੰਘ ਜੀ ਨੂੰ ਪਰਮੇਸ਼ਰ ਦੀ ਕਿਰਪਾ ਨਾਲ ਥੋੜੀ ਜਿਹੀ ਹੋਸ਼ ਆਈ, ਉਹਦੇ ਉੱਪਰ ਜਾ ਕੇ ਛਾਤੀ ਦੇ ਬਹਿ ਗਏ ਪਠਾਨ ਦੇ ਤੇ ਆਪਣੀ ਖੰਜਰ ਕੱਢ ਕੇ ਉਹਦੇ ਪੇਟ ਵਿੱਚ ਫਸਾ ਦਿੱਤੀ। ਜਿਹੜਾ ਕਾਲਜਾ ਨਾ ਇੱਥੇ ਮਾਰੀ ਤੇ ਕਹਿੰਦੇ ਕਾਲਜਾ ਕੱਢ ਕੇ ਬਾਹਰ ਲੈ ਆਈ, ਪੇਟ ਦੇ ਵਿੱਚ ਫਸਾ ਦਿੱਤੀ ਬਾਬੇ ਸੁੱਖਾ ਸਿੰਘ ਨੇ ਪਠਾਨ ਦੇ। ਆਂਦਰਾਂ ਹੀ ਕੱਢ ਲਈਆਂ ਸਾਰੀਆਂ, ਉਜਰੀ ਕੱਢ ਲਈ ਬਾਹਰ, ਕਾਲਜਾ ਕੱਢ ਲਿਆ ਮਾਰ ਕੇ ਪੰਜਾ, ਮਾਰ ਕੇ ਪਠਾਨ ਨੂੰ ਛਾਲ ਮਾਰ ਕੇ ਖਲੋਇਆ ਤੇ ਫਤਿਹ ਗੱਜ ਕੇ ਗਜਾ ਦਿੱਤੀ। ਘਾਰੀ ਪਠਾਨ ਸੀਗਾ 7.5 ਫੁੱਟ ਉੱਚਾ, 7.5 ਮਣ ਦਾ ਭਾਰ, ਉਹ ਪਠਾਨ ਬਾਬੇ ਸੁੱਖਾ ਸਿੰਘ ਨੇ ਮਾਰ ਲਿਆ ਮੈਦਾਨੀ ਜੰਗ ਵਿੱਚ। ਫਤਿਹ ਪਾ ਕੇ ਪਿਛਾਂ ਨੂੰ ਮੁੜੇ, ਸਰੀਰ ਚੋਂ ਖੂਨ ਵਗ ਰਿਹਾ ਬਹੁਤ, ਪਰ ਚਿਹਰੇ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਮੋਰਚਾ ਫਤਿਹ ਹੋ ਗਿਆ। ਦੌੜ ਕੇ ਸਿੰਘਾਂ ਵੱਲ ਆ ਗਿਆ ਖਾਲਸੇ ਕੋਲ, ਸਿੰਘ ਵੀ ਉਹਨੂੰ ਚੁੱਕਣ ਵਾਸਤੇ ਦੌੜੇ, ਜਿਹੜੇ ਕਦੀ ਕਈ ਮਹੀਨਿਆਂ ਦੇ ਉਹਦਾ ਬਾਟਾ ਵੱਖਰਾ ਕਰੀ ਫਿਰਦੇ ਸੀਗੇ, ਉਹੀ ਖਾਲਸਾ ਫਿਰ ਖੁਸ਼ੀਆਂ ਦੇ ਘਰ ਚ ਆ ਗਿਆ। ਗਿਰਜਿਆਂ ਨੇ ਹੱਲਾ ਕਰ ਦਿੱਤਾ ਵੀ ਸਾਡਾ ਬੰਦਾ ਮਾਰ ਕੇ ਇਹ ਕਿਵੇਂ ਚਲਾ ਜਾਵੇ। ਉਹ ਬਾਬੇ ਸੁੱਖਾ ਸਿੰਘ ਨੂੰ ਮਾਰਨ ਲਈ ਪਿੱਛੋਂ ਆ ਗਏ, ਸਿੰਘ ਬੰਦੂਕਾਂ ਪਹਿਲਾਂ ਹੀ ਕੱਸੀ ਬੈਠੇ ਸਨ, ਇਹਨਾਂ ਨੇ ਮੋਰਚਾ ਮੱਲ ਲਿਆ ਜਾ ਕੇ। ਸੁੱਖਾ ਸਿੰਘ ਜੀ ਦੀ ਬਾਂਹ ਫੜ ਕੇ ਚੜ੍ਹਤ ਸਿੰਘ ਨੇ ਆਪਣੇ ਘੋੜੇ ਤੇ ਬਹਾ ਲਿਆ, ਉਹ ਜਹੇਦਾਰ ਜੀ ਆਓ ਤੇ ਆਪਣੇ ਘੋੜੇ ਤੇ ਬਹਾ ਕੇ ਲੈ ਆਇਆ ਉਸ ਨੂੰ ਘੋੜੇ ਦਿੱਤੇ ਤੇ ਨਾਲ ਇਹ ਧੰਨ ਆਖਿਆ, ਸੁੱਖਾ ਸਿੰਘ ਧੰਨ ਵੀ ਤੂੰ ਸ਼ੇਰਾ, ਅੱਜ ਪੰਥ ਦੀ ਲਾਜ ਰੱਖ ਲਈ ਹੈ ਤੂੰ।